ਪੈਸੇ ਜਮ੍ਹਾਂ ਕਰਵਾਉਣ ਬੈਂਕ ਦੇ ਵਿੱਚ ਆਈ ਬਜ਼ੁਰਗ ਮਹਿਲਾ। ਵੇਖੋ ਕਿਵੇਂ ਬੈਗ ਤੇ ਬਲੇਡ ਮਾਰ ਸ਼ਾਤਿਰ ਚੋਰ ਕੱਢ ਕੇ ਲੈ ਗਿਆ ਲੱਖਾਂ ਰੁਪਏ। ਬੈਗ 'ਚ ਪੈਸੇ ਲੱਭਦੀ ਰਹਿ ਗਈ ਬਜ਼ੁਰਗ ਮਹਿਲਾ। ਸਾਰੀ ਵਾਰਦਾਤ ਹੋਈ ਸੀਸੀਟੀਵੀ ਕੈਮਰੇ 'ਚ ਕੈਦ। ਦੱਸ ਦੇ ਕਿ ਸ਼ਾਤਿਰ ਚੋਰ ਵੱਲੋਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਈ ਮਹਿਲਾ ਦੇ ਸਾਰੇ ਪੈਸੇ ਕੱਢ ਲਏ। ਜਦ ਮਹਿਲਾ ਆਪਣੇ ਥੈਲੇ ਦੇ ਵਿੱਚ ਹੱਥ ਪਾਉਂਦੀ ਹੈ ਤਾਂ ਉਸ ਨੂੰ ਪੈਸੇ ਨਹੀਂ ਲੱਭਦੇ ਤੇ ਉਹ ਲੱਭਣ ਲੱਗ ਜਾਂਦੀ ਹੈ। ਇਹਨਾਂ ਨੂੰ ਸ਼ਾਤਿਰ ਚੋਰ ਪੈਸੇ ਕੱਢ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਸਾਰੀ ਵਾਰਦਾਤ ਕੋਲ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਅਬੋਹਰ ਦਾ, ਜਿੱਥੇ ਇੱਕ ਮਹਿਲਾ ਬੈਂਕ ਦੇ ਵਿੱਚ 2.5 ਲੱਖ ਰੁਪਏ ਜਮ੍ਹਾਂ ਕਰਵਾਉਣ ਆਉਂਦੀ ਹੈ ਤੇ ਪੈਸੇ ਜ਼ਿਆਦਾ ਹੋਣ ਕਰਕੇ ਬੈਂਕ ਅਧਿਕਾਰੀ ਉਸ ਨੂੰ ਟੈਕਸ ਲੱਗਣ ਦੀ ਗੱਲ ਕਹਿੰਦਾ ਤੇ ਇੱਕ ਵਾਰ ਦੇ ਵਿੱਚ 1 ਲੱਖ ਰੁਪਏ ਭਰਨ ਨੂੰ ਕਹਿੰਦਾ ਹੈ ਤੇ ਜਦ ਮਹਿਲਾ ਕੁਝ ਮਿੰਟਾਂ ਬਾਅਦ ਦੁਬਾਰਾ 1.5 ਲੱਖ ਰੁਪਏ ਦਾ ਵਾਊਚਰ ਭਰ ਕੇ ਲਾਈਨ ਦੇ ਵਿੱਚ ਲੱਗਦੀ ਹੈ ਤਾਂ ਉਸਦੇ ਪਿੱਛੇ ਖੜਾ ਇੱਕ ਸ਼ਾਤਿਰ ਚੋਰ ਬੜੀ ਹੀ ਚਲਾਕੀ ਦੇ ਨਾਲ ਉਸਦੇ ਬੈਗ ਦੇ ਬਲੇਡ ਨਾਲ ਕੱਟ ਲਗਾ ਦਿੰਦਾ ਹੈ ਤੇ ਬੈਗ ਦੇ ਵਿੱਚ ਪਏ ਸਾਰੇ ਪੈਸੇ ਕੱਢ ਲੈਂਦਾ ਹੈ ਤੇ ਇਸੇ ਦੌਰਾਨ ਮਹਿਲਾ ਦਾ ਮੋਬਾਈਲ ਵੀ ਨੀਚੇ ਡਿੱਗ ਜਾਂਦਾ ਹੈ ਤੇ ਜਦ ਮਹਿਲਾ ਦੀ ਪੈਸੇ ਜਮ੍ਹਾਂ ਕਰਾਉਣ ਦੀ ਵਾਰੀ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਸਦਾ ਥੈਲਾ ਖਾਲੀ ਹੁੰਦਾ ਹੈ ਤੇ ਉਸਦੇ ਕੱਟ ਲੱਗਿਆ ਹੁੰਦਾ ਹੈ ਤੇ ਮਹਿਲਾ ਦਾ ਮੋਬਾਈਲ ਨੀਚੇ ਡਿੱਗ ਚੁੱਕਿਆ ਹੁੰਦਾ ਹੈ। ਜਿਸ ਤੋਂ ਬਾਅਦ ਇਸ ਦੀ ਸੂਚਨਾ ਉਹ ਬੈਂਕ ਦੇ ਕਰਮਚਾਰੀਆਂ ਨੂੰ ਦਿੰਦੀ ਹੈ ਤੇ ਇਸ ਤੇ ਬੈਂਕ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਰਿਪੋਰਟ ਹੈ ਜਿਹੜੀ ਪੁਲਿਸ ਦੇ ਕੋਲ ਦਰਜ ਕਰਵਾ ਦਿੱਤੀ ਹੈ। ਤਾਂ ਬੜੀ ਸ਼ਾਤਿਰ ਤਰੀਕੇ ਦੇ ਨਾਲ ਚੋਰ ਵੱਲੋਂ ਬੈਂਕ 'ਚ ਖੜੀ ਮਹਿਲਾ ਦੇ ਪੈਸੇ ਕੱਢੇ ਗਏ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਵੱਲੋਂ ਮਹਿਲਾ ਦੇ ਬੈਗ 'ਤੇ ਪਹਿਲਾਂ ਬਲੇਡ ਦੇ ਨਾਲ ਕੱਟ ਲਗਾਇਆ ਜਾਂਦਾ ਹੈ, ਜਿਸ ਤੋਂ ਬਾਅਦ ਸਾਰੇ ਪੈਸੇ ਕੱਢ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਗੱਲ ਬਸ ਇਹ ਵੋਚਰ ਕਹਿੰਦੇ ਮੈਂ ਭਰ ਲਵਾਂ ਤੇ ਸਾਡੇ ਕੋਲ ਹੈਗਾ ਸੀ 2.5 ਲੱਖ ਰੁਪਈਆ ਸੀ, ਮਤਲਬ ਆਇਆ ਹੋਇਆ ਸੀ ਠੇਕਾ ਵਗੈਰਾ, ਕੋਈ ਬਾਗ ਦੇ ਪੈਸੇ ਪੂਸੇ ਜੇ ਵਿੱਚ ਵਿੱਚ ਬੂਟੇ ਬਾਟੇ ਵੇਚੇ ਸੀ ਤੇ ਉਹ ਇਹ ਥੋੜ੍ਹਾ ਜਿਹਾ ਇਸ ਗੱਲ ਤੋਂ ਕਹੇ ਕਹਿੰਦੇ ਵੀ ਚੱਲ ਇਹ ਦੋਵਾਂ ਨਾਲ ਕਰਾ ਲਓ, ਉਤਰਾ ਪੈਸੇ ਲੱਗਦੇ 200 ਰੁਪਈਆ ਪਤਾ ਨਹੀਂ। ਕਹਿੰਦਾ ਮੈਂ ਵੋਚਰ ਭਰ ਲਵਾਂ ਤੇ ਉੱਥੇ ਮੈਂ ਲਿਫਾਫੇ ਜੀ ਗੱਡੇ ਕੋਲੇ 2 ਕਾਪੀਆਂ ਤੇ ਦੋਨੋਂ ਹੀ ਦੂਜਾ ਉਹਨਾਂ ਨੇ ਵੀ ਜਦੋਂ ਮੈਂ ਮੈਡਮ ਨੂੰ ਫੜਾ ਤੀਆਂ ਮੈਂ ਅਜੇ 25 ਤੇ ਲਈ ਨੀ ਤੂੰ ਉਦੋਂ ਮੈਂ ਇਸ ਹੱਥ ਚ ਕਰਕੇ ਲਾਇਆ ਸੀ ਲਿਫਾਫਾ ਸੀ, ਉਹ ਹੇਠ ਇੱਕ ਟੱਕ ਮਾਰਿਆ ਉਹਨਾਂ ਨੇ ਪਤਾ ਨੀ ਬਲੇਡ, ਹਾਂ ਇੱਕ ਲੱਖ ਫੜਾ ਤਾ ਸੀ ਮੈਡਮ ਨੂੰ। ਕਾਰਵਾਈ ਦੀ ਮੰਗ ਤੇ ਜੇ ਇਨਸਾਫ਼ ਮੁਲਾਜ਼ਮ ਦਵਾਉਣਗੇ ਤੇ ਉਹੀ ਸੋਚਦੇ ਭਾਈ ਹੋਰ ਕਾਰਵਾਈ ਕਰ ਸਕਦੇ ਆਪਾਂ, ਤਾਂ ਹੁਣ ਜਦੋਂ ਆਪਾਂ ਨੂੰ ਉੱਥੇ ਕੋਈ ਵਿਛਾਉਣ ਨੀ ਕੋਈ ਕੁਛ ਨੀ, ਹੁਣ ਤੇ ਵੀ ਫਿਰ ਉਹ ਕੈਮਰੇ ਕੱਢਿਆ ਉੱਥੇ ਮੁਲਾਜ਼ਮਾਂ ਨੇ ਕੱਢਿਆ ਸੀ ਤੇ ਵਿੱਚ ਆਈ ਜਾਂਦੀ ਸਾਰਾ ਚਲੋ ਜਿਵੇਂ ਉਹਨਾਂ ਨੂੰ ਪਤਾ ਆਪਾਂ ਤੋਂ ਸਾਨੂੰ ਕੀ ਪਤਾ। ਰਵਿੰਦਰ ਕੌਰ ਨਾਂ ਦੀ ਲੇਡੀਜ਼ 1.5 ਲੱਖ ਰੁਪਏ ਲੈ ਕੇ ਬੈਂਕ ਤੋਂ ਜਮ੍ਹਾਂ ਕਰਾਉਣ ਗਈ ਸੀ, ਪਿੱਛੋਂ ਕੋਈ ਅਣਪਛਾਤ ਵਿਅਕਤੀ ਆਇਆ ਜਿਹਨੇ ਉਹਦੇ ਬੈਗ ਦੇ ਵਿੱਚ ਬਲੇਡ ਮਾਰ ਕੇ ਉਹਦੇ ਪੈਸੇ ਚੋਰੀ ਕਰਕੇ ਲੈ ਗਿਆ। ਉਹਨੂੰ ਦਰਖਾਸਤ ਦਿੱਤੀ ਹੈ, ਕਾਰਵਾਈ ਕਰ ਰਹੇ ਹਾਂ ਅਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲ ਰਹੇ ਹਾਂ ਅਤੇ ਜਲਦੀ ਜਲਦੀ ਦੋਸ਼ੀ ਪੜ ਕੇ ਬਣਦੀ ਸਜ਼ਾ ਦਿੱਤੀ। ਅੱਜ ਸੁਬਹਾ 10:30 ਵਜੇ ਦੀ ਘਟਨਾ ਹੈ, ਕਾਫੀ ਰਸ਼ ਥਾ, ਪੈਸਨ ਕਾ ਵੀ ਭੀੜ ਥਾ ਕਾਫੀ, ਔਰ ਸਾਰੇ ਹਮਾਰੇ ਸਟਾਫ ਆਪਣੇ ਸੀਟ ਤੇ ਕਾਮ ਕਰ ਰਹੇ ਥੇ। ਇੱਕ ਮਹਿਲਾ ਤਭੀ 2.5 ਲੱਖ ਰੁਪਏ ਜਮ੍ਹਾਂ ਕਰਾਉਣੇ ਹੈ, ਹਰਵਿੰਦਰ ਕੌਰ ਕੇ ਨਾਮ ਸੇ ਮਹਿਲਾ ਕੀ, ਉਹਨਾਂ ਉਸਮੇ ਸੇ 1.5 ਲੱਖ ਜਮ੍ਹਾਂ 1 ਲੱਖ ਜਮ੍ਹਾਂ ਕਰਾ ਦਿਆ ਥਾ ਔਰ 1.5 ਲੱਖ ਔਰ ਜਮ੍ਹਾਂ ਕਰਾਨਾ ਥਾ। ਮੀਨਵਾਈਲ ਕੋਈ ਅਬਦਰਬੀ ਟਾਈਪ ਕੇ ਲੋਕ ਆਏ ਔਰ ਉਨਕੇ ਜੋ ਵੀ ਮਾਸਕ ਲਗਾ ਕੇ ਆਏ ਥੇ ਅੰਦਰ ਔਰ ਉਨਕਾ ਜੋ ਬੈਗ ਥਾ ਉਸਕੋ ਬਲੇਡ ਮਾਰ ਕੇ ਜੋ 1.5 ਲੱਖ ਥਾ ਉਹ ਨਿਕਾਲ ਦਿਆ ਔਰ ਫਿਰ ਫਰਾਰ ਹੋ ਗਿਆ। ਉਸਕੋ ਤੁਰੰਤ ਹਮਨੇ ਫਿਰ ਪੁਲਿਸ ਕੋ ਇਨਫੋਰਮ ਕੀਆ, ਪੁਲਿਸ ਵਾਲੇ ਦਾ ਕਾਫੀ ਕੋਆਪਰੇਸ਼ਨ ਰਹਾ, ਉਹ ਆਏ ਆਪਣੇ ਬਰਾਂਚ ਮੇਂ, ਉਹਨਾਂ ਨੇ ਪੂਰਾ ਸੀਸੀਟੀਵੀ ਛਾਨਬੀਨ ਕੀਆ, ਸੀਸੀਟੀਵੀ ਫੁਟੇਜ ਵੀ ਨਿਕਾਲ ਕੇ ਗਏ ਔਰ ਉਹ ਉਸ ਪੇ ਕਾਰਵਾਈ ਵੀ ਕਰ ਰਹੇ ਔਰ ਉਹਨਾਂ ਨੇ ਫਿਰ ਕਸਟਮਰ ਕੋ ਵੀ ਬੋਲਾ ਕਿ ਥਾਣੇ ਆ ਕੇ ਰਿਪੋਰਟ ਦਰਜ ਕਰਾ ਦੇ ਔਰ ਉਹਨਾਂ ਨੇ ਜਾ ਕੇ ਕਰਵਾਇਆ। ਅੱਗੇ ਇਹ ਮਾਮਲਾ ਪੁਲਿਸ ਦੇਖ ਰਹੀ ਹੈ ਔਰ ਉਹਨਾਂ ਨੂੰ ਆਸ਼ਵਾਸਨ ਦਿਆ ਕਿ ਜਲਦੀ ਇਸਕਾ ਨਿਦਾਨ ਕਰਕੇ